ਮਾਂ ਪਿਓ ਹੀ ਹੁੰਦੇ ਨੇ ਠੰਡੀਆਂ ਛਾਵਾਂ, ਉਹਨਾਂ ਦੀਆਂ ਦੁਆਵਾਂ ਉਹਨਾਂ ਦਾ ਦਿੱਤਾ ਹੀ ਖਾਵਾਂ, ਫਿਰ ਮੈਂ ਉਹਨਾਂ ਨੂੰ ਕਿਉਂ ਭੁਲਾਵਾਂ। ਮਾਂ ਦੀ ਮਮਤਾ ਪਿਓ ਦਾ ਪਿਆਰ ਉਹਨਾਂ ਦੀ ਬਦੌਲਤ ਅੱਜ ਮੈਂ ਹੋਇਆ ਉਡਾਰ। ਨਿੱਕੇ ਹੁੰਦਿਆਂ ਕੀਤੇ ਮੈਂ ਉਹਨਾਂ ਨਾਲ ਲੱਖਾਂ ਕੌਲ ਕਰਾਰ, ਉਹਨਾਂ ਨੂੰ ਸੀ ਮੇਰੇ ਤੇ ਇਤਬਾਰ ਕਿ ਬੁੱਢੇ ਹੋਇਆ ਸਾਨੂੰ ਸਾਂਭੇਗਾ ਸਾਡਾ ਪੁੱਤ ਸਰਦਾਰ। ਅੱਜ ਬੁੱਢੇ ਹੋਏ ਸਾਡੇ ਮਾਂ ਪਿਓ, ਉਹਨਾਂ ਨੂੰ ਛੱਡ ਮੈਂ ਜਾਵਾਂ ਉਡਾਰੀ ਮਾਰ, ਲੱਖ ਲਾਨਤਾਂ ਨੇ ਤੁਹਾਡੇ ਜੰਮੇ ਪੁੱਤ ਤੇ ਤਾਨੇ ਮਾਰੇਗਾ ਤੁਹਾਡੇ ਮਾਂ ਪਿਓ ਨੂੰ ਇਹ ਸੰਸਾਰ। ਤੂੰ ਕਿਉਂ ਨੀ ਬਜ਼ੁਰਗਾਂ ਦੀ ਸੇਵਾ ਕਰਦਾ, ਕੋਈ ਗੱਲ ਦੱਸ ਮੈਨੂੰ ਯਾਰ। ਅੱਗੋਂ ਕਹਿਣਗੇ ਸਾਡੇ ਬਜ਼ੁਰਗ ਹੀ ਹੈਗੇ ਨੇ ਗੁਨਾਹਗਾਰ। ਵੱਡੇ ਪੁੱਤ ਨੂੰ ਦੇਤੀ ਚੰਗੀ ਪੈਲੀ, ਮੈਨੂੰ ਦਿੱਤੀ ਬਕਾਰ। ਵੱਡੇ ਪੁੱਤ ਨੂੰ ਦੇਤੇ ਨਵੇਂ ਕਮਰੇ, ਮੈਨੂੰ ਦਿੱਤੇ ਕਬਾੜ। ਕਰਦਾ ਕਰਜ਼ਾ ਤਾਂ ਵੱਡੇ ਪੁੱਤ ਨੇ ਚੱਕਿਆ ਸੀ, ਮੈਨੂੰ ਵੀ ਬਣਾ ਤਾ ਕਰਜ਼ਦਾਰ। ਇਸੇ ਗੱਲ ਤੋਂ ਮੇਰੀ ਬਜ਼ੁਰਗਾਂ ਨਾਲ ਬਣਦੀ ਨਹੀਂ ਯਾਰ। ਪੁੱਤ ਇੱਕ ਹੋਵੇ ਭਾਵੇਂ ਹੋਣ ਚਾਰ, ਮਾਂ ਪਿਓ ਨੂੰ ਚਾਰੇ ਹੀ ਪਿਆਰੇ ਹੁੰਦੇ ਨੇ। ਕਿਸਮਤ ਆਪੋ ਆਪ ਦੀ ਹਰ ਇੱਕ ਪੁੱਤ ਦੀ ਹੁੰਦੀ ਹੈ, ਕੋਈ ਰੋੜਪਤੀ ਹੁੰਦਾ ਤੇ ਕੋਈ ਕਰੋੜਪਤੀ ਹੁੰਦਾ ਹੈ। ਤੇ ਮਾਂ ਪਿਓ ਜਿੱਥੇ ਬੈਠਾ ਹੋਵੇ ਆਪਣੇ ਪੁੱਤਾਂ ਨੂੰ ਹੀ ਸਲਾਹੇਗਾ, ਉਹਨਾਂ ਦੇ ਹੀ ਚੰਗਾ, ਉਹਨਾਂ ਨੂੰ ਹੀ ਚੰਗਾ ਸਮਝੇਗਾ। ਜੇ ਕਿਤੇ ਪੁੱਤ ਨੂੰ ਮੌਕਾ ਮਿਲ ਜੇ ਮੇਰੇ ਵਰਗੇ ਪੁੱਤ ਨੂੰ, ਤੇ ਆਪ ਨੂੰ ਸਿਆਣਾ ਸਮਝੀ ਗਏ ਜੇਗਾ ਤੇ ਮਾਂ ਪਿਓ ਨੂੰ ਕਮਲਾ, ਤੇ ਕੀ ਕਹਿੰਦਾ ਹੁੰਦਾ ਹੈ। ਬੁੱਢੇ ਹੋਣ ਤੱਕ ਦੱਸੋ ਕੀਤੀ ਕੀ ਕਮਾਈ, ਵਿਹਲੇ ਬਹਿ ਉਹਨੇ ਸਾਰੀ ਉਮਰ ਗਵਾਈ। ਉਦੋਂ ਸਸਤੀਆਂ ਸੀ ਜ਼ਮੀਨਾਂ, ਇਹਦੇ ਤੋਂ ਗਈ ਨਾ ਬਣਾਈ। ਇੱਕ ਬਣ ਬੈਠਾ ਮਾੜੇ ਘਰ ਦਾ ਜਵਾਈ, ਇਹਦੇ ਸਾਲੇ ਸਾਲੀਆਂ ਵਿਹਲੇ ਸੀ, ਇਹਦੇ ਘਰੋਂ ਹੀ ਗਏ ਖਾਈ। ਬੁੱਢੇ ਦਾ ਖਾ ਖਾ ਉਹ ਬੈਠੇ ਨੀ ਪੈਟਰੋਲ ਪੰਪ ਲਾਈ। ਬੁੱਢਾ ਆਪ ਵੀ ਨੰਗ ਮੈਂ ਵੀ ਨੰਗ, ਹੁਣ ਕਿੱਥੋਂ ਦਵਾਵਾਂ ਦੱਸੋ ਇਹਨੂੰ ਦਵਾਈ। ਮੈਂ ਤਾਂ ਆਪ ਦੇ ਮਸਾਂ ਬੱਚੇ ਹੀ ਪਾਲਦਾ ਹਾਂ, ਆਪੇ ਸਾਂਭ ਲੂ ਇਹਨੂੰ ਮੇਰੀ ਚਾਚੀ ਤਾਈ, ਜਿੰਨੇ ਹੁਣ ਤੱਕ ਇਹਦੀ ਪੈਲੀ ਵਾਈ। ਅਸੀਂ ਤਾਂ ਆਪ ਹੀ ਪੜ੍ਹੇ ਹਾਂ ਕਰ ਕਰ ਦਿਹਾੜੀਆਂ, ਐਵੇਂ ਬੁੱਢੇ ਤਾਂ ਜਾਂਦੇ ਜੇ ਆਸਾਨ ਗਿਣਾਈ। ਜਿੱਥੇ ਬੈਠਾ ਉੱਥੇ ਖੰਗਾਰ ਸੁੱਟ ਦਿੰਦਾ, ਰੋਜ਼ ਲੜਦੀ ਤੇਰੀ ਭਰਜਾਈ, ਕਹਿੰਦੀ ਯਾ ਤਾਂ ਮੈਂ ਘਰ 'ਚ ਰਹੂੰਗੀ ਯਾ ਰਹੂਗਾ ਬੁੱਢਾ। ਬੁੱਢੇ ਪਿੱਛੇ ਪੈਂਦੀ ਰੋਜ਼ ਲੜਾਈ, ਹੁਣ ਕੀ ਕਰਾਂ ਮੈਂ ਬੁੱਢੇ ਦਾ, ਮੈਨੂੰ ਦੱਸੋ ਮੇਰੇ ਭਾਈ। ਬਜ਼ੁਰਗਾਂ ਦੀ ਸੇਵਾ ਹਰਪ੍ਰੀਤ ਵੀ ਕਰਦਾ ਹੈ ਕਿ ਐਵੇਂ ਜਾਂਦਾ ਸੱਚ ਸੁਣਾਈ। ਮਾਂ ਪਿਓ ਦੀ ਹੀ ਸੇਵਾ ਕਰਨ ਨਾਲ ਉਹ ਰੱਬ ਮਿਲਦਾ ਜੀ। ਰੱਬ ਨੂੰ ਕਿਤੇ ਭਾਲਣ ਦੀ ਲੋੜ ਨਹੀਂ, ਰੱਬ ਤੁਹਾਡੇ ਘਰ ਵਿੱਚ ਜੀ। ਕਿਤੇ ਤੀਰਥ ਯਾਤਰਾ ਕਰਨ ਦੀ ਲੋੜ ਨਹੀਂ, ਗੰਗਾ ਤੁਹਾਡੇ ਘਰ ਵਿੱਚ ਚੱਲਦੀ ਹੈ। ਡੇਰਿਆਂ 'ਤੇ ਇੰਨੀ ਸੇਵਾ ਕਰਨ ਦੀ ਲੋੜ ਨਹੀਂ, ਮਾਂ ਪਿਓ ਦੀ ਸੇਵਾ ਹੀ ਫਲਦੀ ਹੈ। ਮਾਂ ਪਿਓ ਪਿੱਛੇ ਤੁਹਾਨੂੰ ਲੱਭਣਾ ਨਹੀਂ, ਦੁਨੀਆ ਬਥੇਰੀ ਇੱਥੋਂ ਚੱਲ ਗਈ ਹੈ। ਕੀਤੀ ਤੂੰ ਵੀ ਹਰਪ੍ਰੀਤ ਬਜ਼ੁਰਗਾਂ ਦੀ ਨਾ ਸੇਵਾ, ਅੱਗੇ ਹੋਵਣਾ ਤੇਰਾ ਹੱਲ ਕੀ ਹੈ। ਜਿਹੜਾ ਆਪਣੇ ਮਾਂ ਪਿਓ ਨੂੰ ਪਿਆਰ ਕਰਦਾ ਹੈ ਉਹ ਇਸ ਵੀਡੀਓ ਨੂੰ ਸ਼ੇਅਰ ਕਰਿਓ, ਅਤੇ ਜਿਹੜਾ ਆਪਣੇ ਮਾਂ ਪਿਓ ਨੂੰ ਸੁੱਖ ਦੇ ਰਿਹਾ ਅਤੇ ਸੁਖੀ ਰੱਖ ਰਿਹਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ।